ਦਫ਼ਤਰ ਬਹੁਤ ਵੱਡਾ ਹੈਗਾ, ਦਿਲ ਵੀ ਵੱਡਾ ਹੈਗਾ। ਪੁਆਇੰਟ ਇਹ ਹੈਗਾ ਕਿ ਦੇਖੋ, ਸਰਕਾਰ ਜਦੋਂ ਕਹਿੰਦੀ ਹੈ ਕਿ ਸਰਕਾਰ ਤੁਹਾਰੇ ਦੁਆਰ, ਅਤੇ ਦੁਆਰ ਤਾਂ ਉਹੀ ਹੈਗਾ, ਅਤੇ ਮੇਰਾ ਮਕਸਦ ਇਹ ਰਹਿੰਦਾ ਹੈ ਕਿ ਪਬਲਿਕ ਨੂੰ ਆਪਾਂ ਵੱਧ ਤੋਂ ਵੱਧ ਟਾਈਮ ਦੇਈਏ, ਔਰ ਕਿਸੇ ਨੂੰ ਇਸ ਚੀਜ਼ ਦਾ ਗਿਲਾ ਨਾ ਹੋਵੇ ਕਿ ਅਗਲੇ ਨੂੰ ਜ਼ਿਆਦਾ ਟਾਈਮ ਦਿੱਤਾ, ਮੈਨੂੰ ਘੱਟ ਦਿੱਤਾ। ਉੱਥੇ ਆਪਾਂ ਸਾਰੇ ਸਾਹਮਣੇ ਖੜ੍ਹੇ ਹੁੰਦੇ ਹਾਂ, ਜਿਹਨੂੰ ਜਿੰਨੇ ਵੀ ਸਮੇਂ ਦੀ ਲੋੜ ਹੁੰਦੀ ਹੈ ਉਹਨਾਂ ਸਮਾਂ ਉੱਥੇ ਲੈ ਲੈਂਦਾ ਹੈਗਾ। ਕੋਈ ਕਹਿੰਦਾ ਮੈਨੂੰ ਪ੍ਰਾਈਵੇਟ ਤੌਰ 'ਤੇ ਮਿਲਣਾ, ਕੋਈ ਸੀਕਰੇਟ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ, ਤਾਂ ਆਪਾਂ ਉਸ ਹਿਸਾਬ ਨਾਲ ਵੀ ਉਹਨਾਂ ਨਾਲ ਜਿਹੜੀ ਹੈਗੀ ਗੱਲਬਾਤ ਕਰ ਲੈਂਦੇ ਹੈਗੇ ਹਾਂ। ਅਤੇ ਇਹ ਸ਼ੁਰੂਆਤ ਜਿਹੜੀ ਹੈਗੀ ਉਹ ਕੋਵਿਡ ਦੇ ਟਾਈਮ 'ਤੇ ਹੋਈ ਸੀਗੀ, ਜਦੋਂ ਆਪਾਂ ਬੰਦ ਕਮਰੇ ਨੂੰ ਅਵੋਇਡ ਕਰਦੇ ਸੀਗੇ, ਤਾਂ ਮੈਂ ਬਾਹਰ ਹੀ ਜਾ ਕਰਕੇ ਪਬਲਿਕ ਨੂੰ ਮਿਲਦਾ ਸੀਗਾ। ਔਰ ਉਸ ਤੋਂ ਬਾਅਦ ਮੈਂ ਜਿੱਥੇ ਜਿੱਥੇ ਵੀ ਰਿਹਾ, ਚਾਹੇ ਅੰਮ੍ਰਿਤਸਰ ਰੂਰਲ, ਚਾਹੇ ਤਰਨ ਤਾਰਨ, ਚਾਹੇ ਮੋਗੇ, ਔਰ ਇੱਥੇ ਵੀ ਮੈਂ ਲਗਾਤਾਰ ਇਸ ਚੀਜ਼ ਨੂੰ ਕੰਟੀਨਿਊ ਕੀਤਾ ਹੈਗਾ। ਲੱਗਦਾ ਸਰ ਪੁਲਿਸ ਅਤੇ ਪਬਲਿਕ ਦੇ ਵਿੱਚ ਫਰੈਂਡਲੀ ਰਿਸ਼ਤਾ ਵੀ ਬਣਦਾ ਜਦੋਂ ਖੁਦ ਅਫਸਰ ਉੱਠ ਕੇ ਬਾਹਰ ਆਉਂਦਾ ਹੈਗਾ, ਨਹੀਂ ਤਾਂ ਆਮ ਕਿੰਨਾ ਕਿੰਨਾ ਚਿਰ ਲੋਕ ਬਾਹਰ ਹੀ ਹਰਾਸ਼ ਹੋ ਜਾਂਦੇ। ਬਿਲਕੁਲ, ਦੇਖੋ ਜੀ, ਕਈ ਵਾਰੀ ਕੰਪਲੇਂਟਾਂ ਵੀ ਆਉਂਦੀਆਂ ਸੀਗੀਆਂ ਕਿ ਜੇ ਤੁਹਾਡਾ ਅਰਦਲੀ ਹੈਗਾ ਉਹ ਮਿਲਣ ਨਹੀਂ ਦਿੰਦਾ, ਅਫਸਰ ਸਾਨੂੰ ਭਜਾ ਦਿੰਦੇ ਹੈਗੇ ਨੇ, ਬਟ ਵੈਨ ਆਈ ਐਮ ਆਊਟਸਾਈਡ, ਕੋਈ ਜਿਹੜਾ ਵੀ ਬੰਦਾ ਉੱਥੇ ਬੈਠਿਆ ਹੋਇਆ, ਹੀ ਕੈਨ ਮੀਟ ਐਨੀ ਟਾਈਮ। ਸਰ ਲੋਕ ਕੋਲੇ ਗੱਲ ਵੀ ਕਰਦੇ ਹੋ, ਕਈ ਵਾਰੀ ਕੰਮ ਦੀ ਗੱਲ ਵੀ ਦੱਸਦੇ ਪਿੰਡਾਂ 'ਚ ਹੋ ਰਿਹਾ ਹੋ ਰਿਹਾ, ਕੁਛ ਇਸ ਤਰ੍ਹਾਂ ਦੀ ਫੀਡਬੈਕ ਜਿਹੜੀ ਸੀ ਆਈ ਡੀ ਤੋਂ ਵੀ ਨਹੀਂ ਆਉਂਦੀ? ਬਿਲਕੁਲ, ਕਈ ਵਾਰੀ ਇਹੋ ਜਿਹੀ ਗੱਲ ਹੁੰਦੀ ਹੈਗੀ ਹੈ, ਜਦੋਂ ਮੈਂ ਬਾਹਰ ਜਾਂਦਾ ਹੈਗਾ, ਉਹ ਬੰਦਾ ਕਹਿੰਦਾ ਮੈਨੂੰ ਮੈਂ ਮਿਲਣਾ ਚਾਹੁੰਦਾ ਹੈ, ਦੱਸਣਾ ਚਾਹੁੰਦਾ ਹੈ, ਕਈ ਗੱਲਾਂ ਦੱਸਦੇ ਹੈਗੇ ਨੇ, ਔਰ ਉਹਦੇ ਬੇਸ 'ਤੇ ਆਪਾਂ ਐਕਸ਼ਨ ਵੀ ਕੀਤੇ ਹੈਗੇ ਨੇ, ਪਿਛਲੇ ਸਮੇਂ 'ਚ ਕਾਫੀ ਰਿਕਵਰੀਜ਼ ਵੀ ਹੋਈਆਂ ਨੇ, ਔਰ ਕਾਫੀ ਚੀਜ਼ਾਂ ਨੂੰ ਆਪਾਂ ਪ੍ਰੀਵੈਂਟ ਵੀ ਕੀਤਾ ਹੈਗਾ। ਤੋ ਦਿਸ ਇਜ਼ ਏ ਗੁੱਡ ਸਟੈਪ, ਔਰ ਆਈ ਥਿੰਕ ਐਵਰੀ ਸ਼ੁੱਡ ਅਡੋਪਟ ਇਟ।